नहीं नहीं मैं तैनूं सारा दस देना घबरा ना, कहिंदी मैनूं दस दई ओ इत्थे दा जिद्दां रहन सहन मैं तैनूं दस देना। एक तां तूं पहली गल आ वी बीबी भापे नूं मम डैड कहना शुरू कर दे, मम मोरनिंग मा डैड मोरनिंग, इदां सवेर नूं उठ के है ना। तां दुपहर नूं डब रोटी लै के ना बवले दुकान तों, उहदे विच जो बणिया हुंदा खे सवारां मां तोरियां शलगम बताऊं जो हुंदा भर के, तां उहनूं खा लिया कर, उहनूं कहिंदे सैंडविच। इत्थे सारे उही खांदे आ सैंडविच, सच सैंडविच दयालों नूं बथेरी अंग्रेजी आ गई आ, सैंडविच उहनूं कहिंदे आ, उह खाया कर। तां बाकी आह शनिवार एतवार कुत्तिआं वांगर फिरना सिख ला। ਤੁਹਾਡੀ ਸਕਰੀਨ 'ਤੇ ਚੱਲ ਰਹੀਆਂ ਇਹ ਤਸਵੀਰਾਂ ਕਿਸੇ ਜੰਗ ਦੇ ਮੈਦਾਨ ਦੀਆਂ ਨਹੀਂ, ਸਗੋਂ ਖੁਸ਼ੀਆਂ ਅਤੇ ਚਾਵਾਂ ਵਾਲੇ ਉਸ ਮੌਕੇ ਦੀਆਂ ਨੇ ਜਦੋਂ ਜਲੰਧਰ ਦੇ ਰਾਮਾ ਮੰਡੀ 'ਚ ਇੱਕ ਨਿੱਜੀ ਹੋਟਲ ਅੰਦਰ ਮੁੰਡੇ ਕੁੜੀ ਦਾ ਮੰਗਣਾ ਹੋ ਰਿਹਾ ਸੀ। ਦੋਵਾਂ ਧਿਰਾਂ 'ਚ ਕਿਸੇ ਗੱਲ ਨੂੰ ਲੈ ਕੇ ਕਲੇਸ਼ ਹੋ ਗਿਆ ਅਤੇ ਫਿਰ ਦੋਵਾਂ ਧਿਰਾਂ 'ਚ ਜੰਮ ਕੇ ਲੜਾਈ ਹੋਈ। ਪਹਿਲਾਂ ਤੁਸੀਂ ਇਹ ਮੌਕੇ ਦੀ ਬਣੀ ਥੋੜ੍ਹੀ ਜਿਹੀ ਸੀਸੀਟੀਵੀ ਵੀਡੀਓ ਦੇਖ ਲਓ, ਫਿਰ ਅੱਗੇ ਦੱਸਦੇ ਹਾਂ ਕਿ ਖੁਸ਼ੀ ਦੇ ਮੌਕੇ ਰੰਗ 'ਚ ਭੰਗ ਕਿਉਂ ਪਈ। ਖਿਲਰੇ ਵਾਲਾਂ ਤੇ ਵਿਗੜੀ ਹਾਲਤ 'ਚ ਬੈਠੀ ਇਹ ਉਹ ਬਦਨਸੀਬ ਕੁੜੀ ਹੈ ਜਿਹੜੀ ਚਾਈ ਚਾਈ ਸੱਜ ਧੱਜ ਕੇ ਮੰਗਣਾ ਕਰਵਾਉਣ ਲਈ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਸਮੇਤ ਹੋਟਲ ਪਹੁੰਚੀ ਸੀ। ਕੁੜੀ ਵਾਲਿਆਂ ਮੁਤਾਬਕ ਜਦ ਉਹਨਾਂ ਨੇ ਲੜਕਾ ਪਰਿਵਾਰ ਨੂੰ ਸ਼ਗਨ ਜਾਂ ਫਿਰ ਦਹੇਜ 'ਚ ਦੇਣ ਵਾਲਾ ਸਮਾਨ ਦਿਖਾਇਆ ਤਾਂ ਮੁੰਡੇ ਵਾਲੇ ਉਹਨਾਂ ਪਾਸੋਂ ਸੋਨੇ ਦਾ ਕੜਾ, ਹੀਰੇ ਜੜੀਆਂ ਮੁੰਦਰੀਆਂ ਅਤੇ ਸੋਨੇ ਦੀਆਂ ਵਾਲੀਆਂ ਦੀ ਮੰਗ ਕਰਨ ਲੱਗੇ। ਜਿਸ ਦੇ ਬਾਅਦ ਦੋਵਾਂ ਧਿਰਾਂ 'ਚ ਪਹਿਲਾਂ ਬਹਿਸਬਾਜ਼ੀ ਹੋਈ ਅਤੇ ਮਗਰੋਂ ਦੋਵੇਂ ਧਿਰਾਂ ਜੁੰਡ ਮਜੁੰਡੀ ਹੋ ਗਈਆਂ, ਜਿਸ 'ਚ ਮੰਗਣੇ ਵਾਲੀ ਕੁੜੀ ਦੀ ਵੀ ਚੰਗੀ ਖਿੱਚ ਧੂ ਹੋਈ। ਸਾਡੀ ਕੁੜੀ ਕੁਆਰੀ ਹੈ ਭਾਜੀ ਜੀ, ਠੀਕ ਹੈ, ਸਾਨੂੰ ਨਹੀਂ ਸੀ ਪਤਾ ਇਹ ਓਹਲਾ ਰੱਖਿਆ ਗਿਆ ਵਿਚੋਲੇ ਵੱਲੋਂ, ਅਤੇ ਬਾਕੀ ਜਿਹੜਾ ਉਹਦਾ ਜਿਹੜਾ ਮਾਂ ਪਿਓ ਸੀ ਜਾਂ ਜਿਹੜੇ ਭਰਾ ਸੀ ਉਹਦੇ ਵੱਡੇ, ਉਹਨਾਂ ਵੱਲੋਂ ਸਾਰਿਆਂ ਵੱਲੋਂ। ਤੇ ਪੁਲਿਸ ਕੰਪਲੇਂਟ ਕੀਤੀ ਤੁਸੀਂ? ਉਸ ਮੁੰਡੇ ਵਾਲੀ ਆ ਕੇ ਮੁੰਡੇ ਦੀ ਸੈਕਿੰਡ ਮੈਰਿਜ ਆ, ਤਾਂ ਸਾਨੂੰ ਪਤਾ ਲੱਗਿਆ। ਹੁਣ ਦੇਖ ਕੇ ਮੌਕਾ ਦੇਖ ਕੇ ਤੁਹਾਨੂੰ ਕਿੱਦਾਂ ਪਤਾ ਲੱਗਾ ਉਹਦੀ ਸੈਕਿੰਡ ਮੈਰਿਜ ਆ? ਇੱਥੇ ਜਦੋਂ ਉਹ ਗੱਲ ਕਰ ਰਹੇ ਸੀਗੇ, ਗੱਲ ਕਰ ਰਹੇ ਸੀ ਉਸ ਟਾਈਮ ਜਦੋਂ ਤੁਹਾਨੂੰ ਪਤਾ ਕਿ ਮੁੰਡੇ ਸੀ, ਤੁਸੀਂ ਵੈਰੀਫਾਈ ਨਹੀਂ ਕੀਤਾ? ਭਾਜੀ ਵੈਰੀਫਾਈ ਦੀ ਗੱਲ ਸੁਣੋ, ਜਦੋਂ ਇੱਥੇ ਜੋ ਡਾਇਮੰਡ ਦੇ ਆਪਾਂ ਡਾਇਮੰਡ ਦੀ ਗੱਲ ਚੱਲਣ ਲੱਗ ਪਈ ਨਾ, ਤਾਂ ਵਿਚੋਲਣ ਦੇ ਮੂੰਹੋਂ ਇਹ ਨਿਕਲੀ ਗੱਲ ਵੀ ਤੁਹਾਡਾ ਮੁੰਡਾ ਵੀ ਤਾਂ ਦੂਜਾ ਸੈਕਿੰਡ ਮੈਰਿਜ ਆ, ਕੁਆਰੀ ਕੁੜੀ ਮਿਲ ਰਹੀ ਹੈ, ਕੁਆਰੀ ਕੁੜੀ ਆ, ਆਹ ਗੱਲ ਫਿਰ ਸਾਨੂੰ ਪਤਾ ਲੱਗਾ। ਠੀਕ ਹੈ ਜੀ, ਪਰ ਵਿਚੋਲਾ ਤੇ ਵਿਚੋਲਣ ਜਿਹੜੇ ਸੀਗੇ ਨਾਲ ਇੱਕ ਸਾਡੇ ਕਮੇਟੀ ਵਾਲੀ ਜਿਹਾ ਨਾਲ, ਉਹ ਦੋਨੇ ਵਾਲੇ ਤਿੰਨੇ ਵਾਲੇ ਬਾਹਰ ਨਿਕਲੇ ਪਹਿਲਾਂ ਭੱਜ ਗਏ, ਅਤੇ ਬੰਦੇ ਜਿਹੜੇ ਸੀਗੇ ਉੱਠ ਕੇ ਚੱਲਦਾ ਫੰਕਸ਼ਨ ਛੱਡ ਕੇ, ਸਾਡਾ ਤੁਸੀਂ ਆਪ ਨੋਟਿਸ ਦੇਖ ਸਕਦੇ ਹੋ ਸਾਰਾ ਕੁਝ। ਠੀਕ ਹੈ ਭਾਜੀ, ਬੰਦੇ ਬਾਹਰ ਜਾ ਕੇ ਕਹਿੰਦੇ ਵੀ ਅਸੀਂ ਚੱਲੇ ਹਾਂ, ਪੰਜਾਬ ਬਿਜਲੀ ਬੋਰਡ ਦੇ ਵਿੱਚ, ਤੇ ਉਹਦੇ ਵਾਸਤੇ ਕਹਿੰਦੇ ਸਾਨੂੰ ਰਿੰਗ ਚਾਹੀਦੀ, ਡਾਇਮੰਡ ਦੀ ਰਿੰਗ ਚਾਹੀਦੀ ਹੈ, ਠੀਕ ਹੈ ਜੀ, ਮੁੰਡੇ ਲਈ ਚਾਹੀਦੀ ਹੈ, ਮੁੰਡੇ ਲਈ ਕੜਾ ਚਾਹੀਦਾ, ਮਾਂ ਦੇ ਵਾਸਤੇ ਬਾਲੀਆਂ, ਤੇ ਭਰਜਾਈ ਲੱਗੀ ਹੈ ਲੈਕਚਰਾਰ, ਠੀਕ ਹੈ ਜੀ, ਤੇ ਨਾਲ ਦੋ ਬੰਦੇ ਜਿਹੜੇ ਆਏ ਸੀ ਉਹ ਵੀ ਬੰਦੇ ਨਾਲ, ਕੁਛ ਵਿਚੋਲਾ ਜਿਹੜਾ ਕੁਲਵੰਤ ਆ ਉਹ ਵੀ ਕਹੇ, ਕੀ ਨਾਮ ਕੀ ਹੈ ਜੀ ਵਿਚੋਲੇ ਦਾ? ਕੁਲਵੰਤ ਵਾ, ਤੇ ਇੱਕ ਬਰਾਤ ਆਈ, ਆਈ ਕਿੱਥੋਂ ਸੀਗੀ ਬਰਾਤ? ਇਹ ਭਾਜੀ ਬਰਾਤ ਨਹੀਂ ਸੀ ਆਈ, ਇਹ ਰਿੰਗ ਸੈਰੇਮਨੀ ਸੀ ਸਾਡੀ, ਅੱਜ ਮੰਗਣੀ ਸੀ ਇਹਨਾਂ ਨੇ। ਠੀਕ ਹੈ ਜੀ, ਪਹਿਲਾਂ ਕਿਸੇ ਨੇ ਕੋਈ ਗੱਲ ਨਹੀਂ ਕੀਤੀ, ਇਹਨਾਂ ਵਿਚੋਲੇ ਨੇ ਕੀਤੀ, ਅੱਜ ਇਹ ਗੱਲ ਆਏ ਕੀਤੀ ਉਹਨਾਂ ਨੇ ਗੱਲ ਇਸ ਟਾਈਮ ਉੱਪਰ ਆਣ ਕੇ ਇੱਥੇ। ਠੀਕ ਹੈ ਜੀ, ਵਿਆਹਲੇ ਮੁੰਡੇ ਦਾ ਨਾਂ ਕੀ? ਉਹਦਾ ਨਾਂ ਅਨਿਲ ਕੁਮਾਰ ਭੱਟੀ ਹੈ ਜੀ, ਉਹ ਲੱਗਿਆ ਹੋਇਆ SDO ਲੱਗਿਆ ਹੋਇਆ ਤੁਸੀਂ ਆਪਣੇ ਹੁਸ਼ਿਆਰਪੁਰ BSNL ਦੇ ਵਿੱਚ, ਕਿਤੇ ਸਾਡਾ ਮੁੰਡਾ ਅਫਸਰ ਵਾ, ਹੈਸੀ ਜਿਹੜੀ ਸਾਡੀ ਹੈਸੀ ਮੁਤਾਬਕ ਸਾਡੇ ਮੁਤਾਬਕ ਕੰਮ ਕਰੋ, ਤੇ ਉਹ ਆਹ ਵੀ ਜਿਹੜਾ ਕੰਮ ਕੀਤਾ ਗਿਆ ਵੀ ਭਾਜੀ ਫੜ ਤੜ ਕੇ ਕੀਤਾ ਸੀ ਸਾਰੇ, ਸੱਜ ਦਾ ਵੀ ਅਰੇਂਜਮੈਂਟ ਗਰੀਬ ਬੰਦੇ ਆ ਭਾਜੀ ਅਸੀਂ ਤਾਂ। ਠੀਕ ਹੈ, ਭਾਜੀ ਉਹ ਰਹਿਣ ਵਾਲੇ ਕਿੱਥੇ ਸੀ? ਹਾਂਜੀ, ਰਹਿਣ ਵਾਲੇ ਕਿੱਥੇ? ਸਿੱਧਾ ਪਿੰਡ ਦਾ ਟਾਂਡਾ ਵੱਜਦਾ ਜੀ, ਆਪਾਂ ਜੀ ਅਸੀਂ ਤਾਂ ਚੂੜਾ ਵਾਲੀ ਪਿੰਡ ਤੋਂ ਹਾਂ ਜੀ। ਨਹੀਂ ਜੀ, ਆਪਾਂ ਗੱਲ ਕਰੀਏ, ਤੁਸੀਂ ਦੱਸ ਰਹੇ ਕਿ SDO ਹੈ ਕਿ ਇੱਕ ਸਰਕਾਰੀ ਮਹਿਕਮੇ 'ਚ ਬੰਦਾ ਕੰਮ ਕਰ ਰਿਹਾ, ਤੇ ਉਹਦੀ ਘੱਟੋ ਘੱਟ 40-45 ਹਜ਼ਾਰ ਸੈਲਰੀ ਉਹਦੇ ਹੁੰਦੀ, ਉਹਨਾਂ ਨੂੰ ਇੰਨਾ ਕਿਉਂ ਲਾਲਚ ਪੈ ਗਿਆ? ਭਾਜੀ ਉਹਨਾਂ ਨੇ ਪਹਿਲਾਂ ਵੀ ਕੁੜੀ ਛੱਡੀ ਹੋਈ ਹੈ ਜੀ ਉਹਨਾਂ ਨੇ। ਅੱਛਾ ਜੀ, ਪਹਿਲਾਂ ਮੈਰਿਜ, ਪਹਿਲਾਂ ਮੈਰਿਜ ਸੀ ਮੁੰਡਾ, ਸੈਕਿੰਡ ਮੈਰਿਜ ਦਾ ਅੱਜ ਵੀ ਕਰ। ਉੱਥੇ ਕੁੜੀ ਦੀ ਮਾਂ ਅਤੇ ਪਿਓ ਨੇ ਕੈਮਰੇ ਸਾਹਮਣੇ ਰੋਂਦੇ ਹੋਏ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਦਹੇਜ ਮੰਗਣ ਮੌਕੇ ਪਤਾ ਲੱਗਿਆ ਕਿ ਮੁੰਡੇ ਦਾ ਇਹ ਦੂਜਾ ਵਿਆਹ ਹੈ ਤੇ ਉਸਦੇ ਪਹਿਲਾਂ ਬੱਚੇ ਵੀ ਹਨ। ਮਿਠਾਈ ਚਾਹੀਦੀ,
ਵਧੀਆ ਸਭ ਸਾਰੀ ਉਹਨੇ ਡਿਮਾਂਡਾਂ ਹੀ ਪੂਰੀਆਂ ਕਰਦੇ ਰਹੇ ਰਿੰਗ ਦਿਖਾਈ ਕਹਿੰਦੇ ਸਾਨੂੰ ਮੁੰਡੇ ਨੂੰ ਕੜਾ ਚਾਹੀਦਾ ਵਾਲੀਆਂ ਚਾਹੀਦੀਆਂ ਗੋਲਡ ਚਾਹੀਦਾ ਡਾਇਮੰਡ ਦੀ ਰਿੰਗ ਚਾਹੀਦੀ ਆ ਜੇ ਕੁੜੀ ਨੇ ਮਿੰਨਤਾਂ ਕੀਤੀਆਂ ਉਹਨਾਂ ਨੇ ਫੇਰ ਹੀ ਉਹਨੇ ਧੱਕਾ ਮਾਰਿਆ ਕੁੜੀ ਨੂੰ ਕੁੜੀ ਨੂੰ ਧੱਕਾ ਮਾਰ ਕੇ ਸਾਡੇ ਮੁੰਡੇ ਦੀ ਮਾਂ ਤੇ ਭਰਜਾਈ ਨੇ ਵਾਲ ਪੱਟੇ ਕੁੜੀ ਦੇ ਤੇ ਮਤਲਬ ਜੇ ਗੱਲ ਕਰੀਏ ਇੰਨਾ ਵਧੀਆ ਤੁਸੀਂ ਮੈਰਿਜ ਦਾ ਜੋ ਅਰੇਂਜਮੈਂਟ ਕੀਤਾ ਸਾਰਾ ਕੁਛ ਇੰਨਾ ਕਰਨ ਕਰਾਉਣ ਤੋਂ ਬਾਅਦ ਫਿਰ ਵੀ ਕਿਹੜੀ ਚੀਜ਼ਾਂ ਦੀ ਇੱਦਾਂ ਦੀ ਕਮੀ ਰਹਿ ਗਈ ਜੋ ਉਹਨਾਂ ਵੱਲੋਂ ਇੱਦਾਂ ਕਰਕੇ ਉਹ ਆਪ ਚਲੇ ਗਏ ਆ ਔਰ ਤੁਹਾਡੇ ਨਾਲ ਵੀ ਜੋ ਤੁਸੀਂ ਦੱਸ ਰਹੇ ਹੋ ਕਿ ਹੱਥੋਂ ਪਾਈ ਵੀ ਕਰਕੇ ਗਏ ਆ ਬਸ ਇਹੀ ਹੈ ਕਿ ਉਹਨਾਂ ਨੂੰ ਜਿਹੜੀ ਚੀਜ਼ ਮੰਗਦੇ ਡਿਮਾਂਡ ਸਾਨੂੰ ਇਹ ਨਹੀਂ ਸੀ ਪਤਾ ਵੀ ਆਹ ਗੱਲ ਕਹਿਣਗੇ ਤੁਰਤੀ ਉਹਨਾਂ ਨੇ ਕੁੜੀ ਜਦੋਂ ਆਈ ਹੈ ਸਾਹਮਣੇ ਕੁੜੀ ਦੇ ਨਾਲ ਆਹੀ ਤੁਰਤੀ ਉਹਨਾਂ ਨੇ ਮੰਗ ਲਈ ਚੀਜ਼ ਕਿ ਸਾਨੂੰ ਕੜਾ ਜ਼ਰੂਰੀ ਆ ਮੁੰਡੇ ਦੀ ਮਾਂ ਨੂੰ ਵਾਲੀਆਂ ਉਹਨੇ ਵਾਲੀਆਂ ਮੰਗੀਆਂ ਅਤੇ ਬਾਕੀ ਦੋ ਰਿੰਗਾਂ ਡਾਇਮੰਡ ਦੀਆਂ ਕੀ ਨਾਮ ਆਪਣਾ ਮੇਰਾ ਨਾਮ ਕੇਵਲ ਚੰਦ ਅੱਜ ਕੀ ਹੋਇਆ ਕੀ ਹੈ ਅੱਜ ਸਾਡੇ ਇੱਥੇ ਲੜਕੀ ਦੀ ਮੇਰੀ ਮਤਲਬ ਬ੍ਰਦਰ ਸਿਸਟਰ ਇਨ ਲਾ ਦੀ ਇੱਥੇ ਰਿੰਗ ਸੈਰੇਮਨੀ ਸੀਗੀ ਉਹਨੇ ਪਾਰਟੀਆਂ ਇਕੱਠੀਆਂ ਹੋਈਆਂ ਸੀ ਆਣ ਕੇ ਪਾਰਟੀਆਂ ਬੈਠੀਆਂ ਉਹਨਾਂ ਨੇ ਡਰਿੰਕ ਵਗੈਰਾ ਲਿਆ ਕੁਛ ਖਾਧਾ ਪੀਤਾ ਉਸ ਤੋਂ ਬਾਅਦ ਉਹ ਸੈਪਰੇਟ ਅਕਾਊਂਟਰ ਦੇ ਉੱਤੇ ਬੈਠ ਗਏ ਅਲੱਗ ਸਾਡੇ ਨਾਲ ਅਤੇ ਫਿਰ ਉਹ ਗੱਲਾਂ ਕਰਨ ਲੱਗ ਪਏ ਦਿਓਗੇ ਕੀ ਸਾਨੂੰ ਹਾਂਜੀ ਉਹਨੇ ਕਹਿੰਦੇ ਸਾਨੂੰ ਡਾਇਮੰਡ ਚਾਹੀਦੀ ਰਿੰਗ ਸਾਡੇ ਭਰਾ ਨੂੰ ਡਾਇਮੰਡ ਰਿੰਗ ਚਾਹੀਦੀ ਆ ਸਾਡੀ ਮਾਂ ਨੂੰ ਵਾਲੀਆਂ ਚਾਹੀਦੀਆਂ ਅਤੇ ਮੁੰਡੇ ਨੂੰ ਕੜਾ ਚਾਹੀਦਾ ਸਾਰਿਆਂ ਲਈ ਉਹਨੇ ਸਾਨੂੰ ਜ਼ਰੂਰੀ ਡਿਮਾਂਡ ਕੀਤੀ ਅਸੀਂ ਆਪਣੀ ਹੈਸੀਅਤ ਦੇ ਮੁਤਾਬਕ ਜੋ ਕੁਛ ਵੀ ਕਰ ਸਕਦੇ ਥੋੜ੍ਹਾ ਬਹੁਤਾ ਕੀਤਾ ਅਸੀਂ ਉਹਨਾਂ ਦੀਆਂ ਮਿਹਨਤਾਂ ਵੀ ਕੀਤੀਆਂ ਉਹ ਸਭ ਕੁਛ ਸਾਨੂੰ ਧੱਕੇ ਮਾਰ ਕੇ ਚਲੋ ਅਤੇ ਇਹ ਚੀਜ਼ ਉਹਨਾਂ ਨੂੰ ਪਹਿਲੇ ਨਹੀਂ ਪਤਾ ਸੀ ਪਹਿਲੇ ਨਹੀਂ ਮੰਗ ਕੀਤੀ ਸੀ ਉਹਨਾਂ ਨੇ ਨਹੀਂ ਪਹਿਲੇ ਉਹਨਾਂ ਨੇ ਕਿਹਾ ਸੀ ਕੁਛ ਨਹੀਂ ਲੈਣਾ ਜਦੋਂ ਨਹੀਂ ਦੇਖਿਆ ਕਿ ਇਹਨਾਂ ਨੇ ਹੋਟਲ ਦੇ ਵਿੱਚ ਅਰੇਂਜਮੈਂਟ ਕੀਤਾ ਉਹ ਵਿਚੌੜੇ ਹੋ ਅਤੇ ਸੂਤਰਾਂ ਤੋਂ ਪਤਾ ਲੱਗਿਆ ਕਿ ਹੱਥੋਂ ਪਾਈ ਵੀ ਹੋਈ ਹੈ ਅੱਜ ਉਹਨਾਂ ਨੇ ਹੱਥੋਂ ਪਾਈ ਸਾਡੇ ਨਾਲ ਕੀਤੀ ਹੈ ਅਸੀਂ ਉਹਨਾਂ ਨੂੰ ਮਿੰਨਤਾਂ ਕਰਦੇ ਜੀ ਸਾਡੀ ਗੱਲ ਸੁਣੋ ਸੀ ਉਹਨਾਂ ਦੇ ਵੀ ਸਾਡੀ ਗੱਲ ਸੁਣੋ ਬੈਠੋ ਗੱਲ ਕਰੋ ਸਾਡੇ ਲਈ ਤਾਂ ਅਨਨੋਨ ਸੀਗੇ ਸਾਨੂੰ ਨਹੀਂ ਪਤਾ ਉਹਦੇ ਰਿਸ਼ਤੇਦਾਰ ਸੀਗੇ ਉਹਨਾਂ ਨੇ ਸਾਡੇ ਨਾਲ ਹੱਥੋਂ ਪਾਈ ਵੀ ਕੀਤੀ ਅਤੇ ਪੁਲਿਸ ਕੰਪਲੇਂਟ ਕਰਤੀ ਤੁਸੀਂ ਹਾਂਜੀ ਅਸੀਂ ਪੁਲਿਸ ਕੰਪਲੇਂਟ ਕੀਤੀ ਆ ਹੁਣ ਦੇਖੋ ਕੀ ਪੁਲਿਸ ਵਾਲੇ ਕਾਰਵਾਈ ਕਰਦੇ ਠੀਕ ਆ ਕੀ ਨਾਮ ਤੁਹਾਡਾ ਮੈਨੂੰ ਕੇਵਲ ਚੰਦ ਠੀਕ ਉੱਧਰ ਮੌਕੇ 'ਤੇ ਮਾਮਲੇ ਦੀ ਜਾਂਚ ਕਰਨ ਪਹੁੰਚੇ ਥਾਣਾ ਕੈਂਟ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਲੜਕੀ ਵਾਲਿਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਅਤੇ ਸੀਸੀਟੀਵੀ ਵੀਡੀਓ ਦੇ ਆਧਾਰ 'ਤੇ ਲੜਕੇ ਵਾਲਿਆਂ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕੀਤੀ ਆ ਮੰਗ ਅਤੇ ਉਸ ਗੱਲ ਤੋਂ ਲੈ ਕੇ ਮਤਲਬ ਪਹਿਲਾਂ ਤਾਂ ਇਹਨਾਂ ਦੀ ਕੋਈ ਗੱਲਬਾਤ ਇੱਦਾਂ ਦੀ ਤੈਅ ਨਹੀਂ ਸੀਗੀ ਅਤੇ ਮਤਲਬ ਥੋੜ੍ਹਾ ਆਪਣਾ ਕੋਲਡ ਡਰਿੰਕ ਵਗੈਰਾ ਜਦੋਂ ਆਏ ਆ ਉਹ ਲੈ ਕੇ ਇਹਨਾਂ ਨੇ ਅਤੇ ਮਤਲਬ ਉਹਨਾਂ ਦੇ ਕਹਿਣ ਮੁਤਾਬਕ ਇਹ ਹੋਇਆ ਵੀ ਬਾਅਦ 'ਚ ਇਹਨਾਂ ਨੇ ਬੈਠ ਕੇ ਆਪਣੀ ਸਲਾਹ ਕੀਤੀ ਹੈ ਅਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜਾ ਵਿਚੋਲਾ ਆ ਉਸ ਇਹਨਾਂ ਦੇ ਕੋਲ ਆਇਆ ਲੜਕੀ ਪਰਿਵਾਰ ਦੇ ਕੋਲ ਵੀ ਲੜਕੇ ਵਾਲੇ ਡਾਇਮੰਡ ਰਿੰਗ ਦੀ ਕੜੇ ਦੀ ਜਾਂ ਹੋਰ ਇੱਦਾਂ ਦੀਆਂ ਮਤਲਬ ਸੋਨੇ ਦੀਆਂ ਵਾਲੀਆਂ ਮਤਲਬ ਦੀ ਮੁੰਡੇ ਦੀ ਮਾਂ ਲਈ ਇਸ ਚੀਜ਼ ਦੀ ਮੰਗ ਕਰਦੇ ਆ ਜਿਸ ਸੰਬੰਧੀ ਇਹਨਾਂ ਦਾ ਮਤਲਬ ਥੋੜ੍ਹੀ ਦੇਰ ਤੋਂ ਉਹਨਾਂ ਨੇ ਮਤਲਬ ਬਾਅਦ 'ਚ ਇਤਰਾਜ਼ ਕੀਤਾ ਵੀ ਅਸੀਂ ਨਹੀਂ ਇੱਦਾਂ ਦੇ ਸਕਦੇ ਜੇ ਕਿੱਦਾਂ ਇਹਨਾਂ ਦਾ ਆਪਸ ਵਿੱਚ ਝਗੜਾ ਹੋ ਗਿਆ ਅਤੇ ਹੱਥੋਂ ਪਾਈ ਵੀ ਹੋਏ ਆ ਸਰ ਇੱਕ ਪਰਿਵਾਰਕ ਮੈਂਬਰਾਂ ਵੱਲੋਂ ਕਹਿਣਾ ਕਿ ਲੜਕੇ ਦੀ ਪਹਿਲੇ ਮੈਰਿਜ ਵੀ ਹੋਈ ਸੀ ਇਹਦੇ ਬਾਰੇ ਪਤਾ ਲੱਗਾ ਕੁਛ ਹਾਂ ਇਹ ਵੀ ਚੀਜ਼ ਲਿਖਾਈ ਆ ਉਹਨਾਂ ਨੇ ਲੜਕੀ ਪਰਿਵਾਰ ਨੇ ਵੀ ਸਾਨੂੰ ਪਤਾ ਲੱਗਾ ਬਾਅਦ ਵਿੱਚ ਵੀ ਲੜਕੇ ਦੀ ਦੂਜੀ ਮੈਰਿਜ ਕਰ ਰਹੇ ਸੀ ਅਤੇ ਸਰ ਕੋਈ ਮਾਰਕੁੱਟ ਵੀ ਹੋਈ ਉਹ ਵੀ ਦੱਸ ਰਹੇ ਕਿ ਸੀਸੀਟੀਵੀ ਹਾਂ ਦੱਸਦੇ ਆ ਲੜਕੀ ਪਰਿਵਾਰ ਵਾਲੇ ਦੱਸਦੇ ਆ ਸਰ ਲੜਕੇ ਉਹਨੇ ਕਿੱਥੇ ਜਾਣ ਵਾਲੇ ਜਿਹੜੇ ਲੜਕਾ ਪਰਿਵਾਰ ਦੇ ਦੇਖਣ ਆਏ ਆ ਜੋ ਮਤਲਬ ਚੈੱਕ ਕਰਕੇ ਵੈਰੀਫਾਈ ਕਰਕੇ ਸਾਰੀ ਜੋ ਬਣਦੀ ਕਾਰਵਾਈ ਸਰ ਕਿੱਥੇ ਦੇ ਰਹਿਣ ਵਾਲੇ ਕੁੜੀ ਵਾਲੇ ਕੁੜੀ ਵਾਲੇ ਪਿੱਛੋਂ ਲੜਕੀ ਜਿਹੜੀ ਆ ਚੂੜ ਵਾਲੀ ਪਿੰਡ ਦੀ ਹੈਗੀ ਆ ਅਤੇ ਇਹ ਇੱਥੇ ਰਹਿੰਦੀ ਆ ਸੈਨਿਕ ਵਿਹਾਰ ਆਪਣੇ ਸਿਸਟਰ ਦੇ ਕੋਲ ਸਰ ਲੜਕੇ ਵਾਲੇ ਕਿੱਥੇ ਰਹਿਣ ਵਾਲੇ ਆ ਲੜਕੇ ਵਾਲੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਆ ਠੀਕ ਸਰ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਬਣਦੀ ਕਾਰਵਾਈ ਆ ਕਾਨੂੰਨ ਅਨੁਸਾਰ ਅਸੀਂ ਸਾਰਾ ਵੈਰੀਫਾਈ ਕਰਕੇ ਕਰਾਂਗੇ ਹੁਣ ਇਸ ਮਾਮਲੇ 'ਚ ਦੇਖਣਾ ਇਹ ਹੋਵੇਗਾ ਕਿ ਪੁਲਿਸ ਕਿੰਨੀ ਜਲਦੀ ਮਾਮਲੇ ਦੀ ਤਹਿ ਤੱਕ ਪਹੁੰਚੇਗੀ ਅਤੇ ਲੜਕੇ ਅਤੇ ਉਸਦੇ ਪਰਿਵਾਰ ਸਮੇਤ ਰਿਸ਼ਤੇਦਾਰਾਂ 'ਤੇ ਕੀ ਕਾਰਵਾਈ ਕਰੇਗੀ ਰੋਜ਼ਾਨਾ ਟਾਈਮਸ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ